ਸਵਾਲ ਹੈ ਉਹ ਪਹਿਲੇ ਪੈਂਡਿੰਗ ਰਹਿ ਗਿਆ ਸੀਗਾ ਅਤੇ ਇਸ ਲਈ ਮੈਂ ਬੇਨਤੀ ਕਰ ਰਿਹਾ ਕਿ ਸਾਹ ਹਰਜੀਤ ਸਿੰਘ ਸਾਨੂੰ ਦੱਸਣਗੇ ਕਿ ਇਹ ਜਿਹੜਾ ਆਪਾਂ ਪੜ੍ਹਦੇ ਹਾਂ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਇਹਦਾ ਅਰਥ ਕੀ ਹੈ ਅਤੇ ਇਹਦਾ ਮਤਲਬ ਹੈ ਵੀ ਇਹਦਾ ਇਫੈਕਟ ਕੀ ਇੰਪੈਕਟ ਕੀ ਹੈ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਸਾਹ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪੰਕਤੀ ਆਪ ਜੀ ਨੇ ਸਰਵਨ ਕੀਤੀ ਹੈ ਸਵਾਲ ਵਾਲੀ ਪੰਕਤੀ ਇਹ ਰਾਮਕਲੀ ਕੀ ਵਾਰ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 951 ਦੇ ਉੱਤੇ ਇਹ ਬਚਨ ਜਿਹੜੇ ਹਨ ਸੁਸ਼ੋਭਿਤ ਹਨ। ਬਾਣੀ ਦਾ ਅਰਥ ਲਫ਼ਜ਼ ਹੁੰਦਾ ਬਾਬੇ ਦੀ ਤੋ ਕਹਾਣੀ ਦਾ ਅਰਥ ਸਾਨੂੰ ਸਾਰਿਆਂ ਨੂੰ ਪਤਾ ਸਟੋਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵਿਚਾਰਧਾਰਾ ਪੁੱਤ ਸਪੁੱਤ ਕਰੇਨ ਭੁਲੇਖਾ ਕਿੱਥੋਂ ਜਾ ਕੇ ਖੜਾ ਹੁੰਦਾ ਹੈ ਜਦੋਂ ਅਸੀਂ ਪੁੱਤ ਜਾਂ ਸਪੁੱਤ ਲਫ਼ਜ਼ ਨੂੰ ਅਰਥਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਤੋ ਬਾਣੀ ਦਾ ਅਰਥ ਹੈ ਬਾਬੇ ਦੀ ਤੇ ਬਾਣੀਆਂ ਦਾ ਅਰਥ ਹੈ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਸਤਿਗੁਰਾਂ ਦੀਆਂ ਇਹ ਇੱਕ ਕਿਸੇ ਖਾਸ ਵਿਅਕਤੀ ਨਾਲ ਸੰਬੰਧ ਨਹੀਂ ਰੱਖਦਾ ਬਾਣੀ ਲਫ਼ਜ਼ ਜਿਹੜਾ ਹੈ ਕਿਉਂਕਿ ਬਾਣੀਆਂ ਲਫ਼ਜ਼ ਹੈ ਇਸ ਵਾਸਤੇ ਇੱਥੇ ਬਹੁ ਬਚਨ ਲਫ਼ਜ਼ ਹੈ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਸਤਿਗੁਰਾਂ ਦੀਆਂ ਤੇ ਪੁੱਤ ਦਾ ਕੇਵਲ ਗੁਰੂ ਘਰ ਵਿੱਚ ਜਨਮ ਲੈਣ ਵਾਲੇ ਦਾ ਨਾਮ ਪੁੱਤ ਨਹੀਂ ਹੈ ਇਹ ਗੱਲ ਸਾਨੂੰ ਬੜੀ ਗੁਰਬਾਣੀ ਨੇ ਸਮਝਾਈ ਹੈ। ਹਰ ਉਹ ਵਿਅਕਤੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸਿੱਖਿਆ ਤੇ ਚੱਲਣਾ ਸ਼ੁਰੂ ਕਰਦਾ ਹੈ ਗੁਰੂ ਪਾਤਸ਼ਾਹ ਦਾ ਪੁੱਤਰ ਹੈ। ਹੁਣੇ ਅਸੀਂ ਗੱਲ ਕਰਕੇ ਹਟੇ ਹਾਂ ਵੀ ਜਦੋਂ ਅਸੀਂ ਅੰਮ੍ਰਿਤਪਾਨ ਕਰਦੇ ਹਾਂ ਤਾਂ ਉਦੋਂ ਵੀ ਸਾਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਡੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ ਤੁਹਾਡੀ ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ ਹਨ। ਗੁਰੂ ਦੇ ਪੁੱਤਰ ਹੋਣ ਕਰਕੇ ਤੁਸੀਂ ਸਾਰੇ ਆਪੋ ਵਿੱਚ ਸਵਾਏ ਉਹਨਾਂ ਦੇ ਜਿਨ੍ਹਾਂ ਦੇ ਅਨੰਦਕਾਰ ਆਪ ਚ ਨਹੀਂ ਹੋਏ ਸਾਰੇ ਭੈਣ ਭਰਾ ਉਹਨਾਂ ਦੇ ਦਰਜਾ ਰੱਖਦੇ ਹੋ ਇਹ ਗੱਲ ਉਦੋਂ ਵੀ ਸਮਝਾਈ ਜਾਂਦੀ ਹੈ ਜਦੋਂ ਅਸੀਂ ਅੰਮ੍ਰਿਤਪਾਨ ਕਰਦੇ ਹਾਂ। ਤੋ ਇੱਥੇ ਜਿਹੜੀ ਗੱਲ ਬੜੀ ਸਪਸ਼ਟ ਹੈ ਵੀ ਇਹ ਸ਼ਬਦ ਜਿਹੜੇ ਸ਼ਬਦਾਵਲੀ ਹੈ ਇਹਨੂੰ ਥੋੜਾ ਜਿਹਾ ਖੁੱਲੇ ਦਿਮਾਗ ਨਾਲ ਸੋਚੀਏ ਤਾਂ ਫਿਰ ਇਹਦੇ ਅਰਥ ਬੜੇ ਕਲੀਅਰ ਤੇ ਸਪਸ਼ਟ ਜਿਹੜੇ ਸਮਝ ਆ ਜਾਣਗੇ। ਇਹਦੀ ਅਗਲੀ ਪੰਕਤੀ ਜਿਹੜੀ ਹੈ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੇ ਸਤਿਗੁਰ ਭਾਵੇ ਸੋ ਮਨ ਲੈਣ ਸਹੀ ਕਰਮ ਕਰੇਨ ਇਹਦੇ ਨਾਲ ਜਦੋਂ ਰਲਾ ਕੇ ਪੜ੍ਹਾਂਗੇ ਤੇ ਅਰਥ ਪਹਿਲੀ ਆਉਂਦੇ ਆਪਣੇ ਆਪ ਹੀ ਸਪਸ਼ਟ ਹੋ ਜਾਂਦੇ ਹਨ। ਤੋ ਪਹਿਲੀ ਬੇਨਤੀ ਇਹ ਹੈ ਕਿ ਅਸੀਂ ਪੁੱਤ ਨੂੰ ਜਾਂ ਸਪੁੱਤ ਨੂੰ ਕੇਵਲ ਗੁਰੂ ਪਰਿਵਾਰ ਤੱਕ ਹੀ ਸੀਮਿਤ ਨਹੀਂ ਰੱਖ ਸਕਦੇ। ਸਤਿਗੁਰ ਦੀ ਬਾਣੀ ਦੇ ਵਿੱਚ ਬਹੁਤ ਜਗ੍ਹਾ ਇਹ ਲਫ਼ਜ਼ ਆਏ ਹਨ ਜਿੱਥੇ ਪੁੱਤ ਲਫ਼ਜ਼ ਵਰਤਿਆ ਗਿਆ। ਸਤ ਬਾਣੀ ਅਸੀਂ ਪੜ੍ਹਦੇ ਹਾਂ ਬਾਬਾ ਸੁੰਦਰ ਜੀ ਦੀ ਉਹਦੇ ਚ ਵੀ ਲਫ਼ਜ਼ ਆਉਂਦਾ ਹੈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਰਜਾ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੇ ਨਾਹੀਂ ਗੁਰਜਾਏ ਹਰ ਪ੍ਰਭ ਪਾਸ ਜੀਓ ਤੇ ਉੱਥੇ ਲਫ਼ਜ਼ ਵੀ ਆਉਂਦਾ ਹੈ ਜਦੋਂ ਫਿਰ ਅੱਗੇ ਲਫ਼ਜ਼ ਜਾ ਕੇ ਆਉਂਦਾ ਸਤਿਗੁਰ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ। ਹੁਣ ਪਰਿਵਾਰ ਦੇ ਵਿੱਚ ਕੋਈ ਸਤਿਗੁਰ ਦੇ ਘਰ ਦੇ ਜੀ ਨਹੀਂ ਸਨ ਇੱਥੇ ਸਿੱਖ ਪਰਿਵਾਰ ਦੀ ਗੱਲ ਕੀਤੀ ਗਈ ਹੈ। ਗੁਰੂ ਸਾਹਿਬ ਦੀ ਸੋਚਣੀ ਜਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਕੇਵਲ ਆਪਣੇ ਪਰਿਵਾਰ ਤੱਕ ਸੀਮਿਤ ਨਹੀਂ ਸੀ ਸਤਿਗੁਰੂ ਜੀ ਦੀ ਜਿਹੜੀ ਵਿਚਾਰਧਾਰਾ ਸੀ ਇਹ ਸੰਗਤੀ ਵਿਚਾਰਧਾਰਾ ਸੀ ਇਹ ਕੋਈ ਲਿਮਿਟਡ ਨਹੀਂ ਹੈ। ਕੋਈ ਵੀ ਵਿਅਕਤੀ ਜਿਹੜਾ ਗੁਰੂ ਸ਼ਰਨ ਵਿੱਚ ਆਉਂਦਾ ਇਸ ਵਿਚਾਰਧਾਰਾ ਦਾ ਧਾਰਨੀ ਹੋ ਸਕਦਾ ਹੈ। ਤੋ ਜਿਹੜਾ ਨੇ ਗੁਰੂ ਦੀ ਵਿਚਾਰ ਨੂੰ ਧਾਰਨ ਕਰ ਲਿਆ ਬਾਣੀਆਂ ਕਹਾਣੀਆਂ ਦਾ ਅਰਥ ਬਜ਼ੁਰਗਾਂ ਦੀਆਂ ਗੁਰੂਆਂ ਦੀਆਂ ਸਾਖੀਆਂ ਵਾਂ ਸਿੱਖਿਆਵਾਂ ਕਹਾਣੀ ਦਾ ਅਰਥ ਜਿਹੜਾ ਹੈ ਉਹ ਸਾਖੀਆਂ ਹੈ ਸਿੱਖਾਂ ਸਿੱਖਿਆ ਹੈ। ਇੱਥੇ ਬੜੀ ਸਪਸ਼ਟ ਜਿਹੀ ਗੱਲ ਹੋਈ ਵੀ ਸਤਿਗੁਰੂ ਦੀਆਂ ਜਿਹੜੀਆਂ ਕਹਾਣੀਆਂ ਹਨ ਜਾਂ ਸਾਖੀਆਂ ਹਨ ਇਹ ਸਿੱਖ ਗੁਰ ਸਿੱਖ ਪੁੱਤਰਾਂ ਨੂੰ ਵੀ ਗੁਰਮੁਖ ਬਣਾ ਦਿੰਦੀਆਂ ਹਨ ਗੁਰਮੁਖ ਪੁੱਤਰ ਬਣਾ ਦਿੰਦੀਆਂ ਹਨ ਭਾਵ ਉਹਨਾਂ ਦੇ ਜੀਵਨ ਨੂੰ ਵੀ ਅੱਗੇ ਅੱਗੇ ਘੜਦੀਆਂ ਰਹਿੰਦੀਆਂ ਹਨ। ਜੀਵਨ ਇੱਕ ਦਿਨ ਵਿੱਚ ਘੜਿਆ ਨਹੀਂ ਜਾਂਦਾ ਜੀਵਨ ਨੂੰ ਘੜਨ ਨੂੰ ਸਮਾਂ ਲੱਗਦਾ ਹੈ। ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਜਿਵੇਂ ਜਿਵੇਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ
ਜਿਵੇਂ ਜਿਵੇਂ ਅਸੀਂ ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਅੰਦਰ ਵਸਾਉਂਦੇ ਹਾਂ ਤਿਵੇਂ ਤਿਵੇਂ ਸਾਡੀ ਘਾੜਤ ਘੜੀ ਜਾਂਦੀ ਹੈ ਤੇ ਘਾੜਤ ਕਦੇ ਨਾ ਘੜੀ ਜਾਂਦੀ ਹੈ ਸਤਿਗੁਰ ਦੀ ਸਿੱਖਿਆ ਦੇ ਨਾਲ। ਸਤਿਗੁਰ ਦੀ ਸਿੱਖਿਆ ਕੀ ਹੈ? ਉਹ ਹੈ ਬਾਣੀਆਂ ਕਹਾਣੀਆਂ, ਉਹਨਾਂ ਨੂੰ ਬਾਣੀਆਂ ਕਹਾਣੀਆਂ ਕਿਹਾ ਗਿਆ ਹੈ ਜਿਹੜੀ ਸਤਿਗੁਰ ਦੀ ਸਿੱਖਿਆ ਦੀ ਗੱਲ ਕੀਤੀ ਹੈ। ਤੋ ਗੁਰੂ ਜੀ ਦੇ ਸ਼ਰਨ ਵਿੱਚ ਪੈ ਕੇ ਜਿਸ ਨੇ ਵੀ ਗੁਰੂ ਦੇ ਹੁਕਮ ਵਿੱਚ ਰਹਿ ਕੇ, ਜਿਹੜੀ ਅਗਲੀ ਪੰਕਤੀ ਨਾਲ ਆਉਂਦੀ ਹੈ, ਜੇ ਸਤਿਗੁਰ ਭਾਵੇ ਸੋ ਮਨ ਲੈਣ ਸਹੀ ਕਰਮ ਕਰੇਨ, ਜਿਹੜੀ ਗੱਲ ਸਤਿਗੁਰ ਨੂੰ ਚੰਗੀ ਲੱਗਦੀ ਹੈ, ਜਿਹੜੀ ਗੱਲ ਸਤਿਗੁਰੂ ਜੀ ਕਹਿੰਦੇ ਹਨ, ਉਹਨਾਂ ਗੱਲਾਂ ਉੱਤੇ ਆਪਣਾ ਪੂਰਾ ਵਿਸ਼ਵਾਸ ਕਰ ਲੈਣ, ਦ੍ਰਿੜ ਵਿਸ਼ਵਾਸ ਉਹਨਾਂ ਦਾ ਹੋ ਜਾਏ, ਸ਼ੰਕਾ ਨਾ ਹੋਵੇ ਗੁਰੂ ਦੀ ਕਹੀ ਹੋਈ ਗੱਲ ਦੇ ਉੱਤੇ। ਅਸੀਂ ਤਾਂ ਅੱਜ ਗੁਰੂ ਦੇ ਉੱਤੇ ਕਿੰਤੂ ਪਰੰਤੂ ਕਰਦੇ ਹਾਂ, ਗੁਰੂ ਦੀਆਂ ਗੱਲਾਂ ਦੇ ਉੱਤੇ ਹੀ ਅਸੀਂ ਇਹ ਨਹੀਂ ਹੋਣਾ ਚਾਹੀਦਾ ਜੇ ਗੁਰੂ ਸਾਹਿਬ ਕੇਸ ਨਾ ਰਖਾਉਂਦੇ, ਜੇ ਗੁਰੂ ਸਾਹਿਬ ਨਸ਼ਿਆਂ ਦੀ ਗੱਲ ਨਾ ਕਰਦੇ ਸਾਰਾ ਸੰਸਾਰ ਸਿੱਖ ਬਣ ਜਾਂਦਾ। ਅਸੀਂ ਗੁਰੂ ਦੇ ਉੱਤੇ ਹੀ ਅੱਜ ਉਂਗਲਾਂ ਚੁੱਕਣ ਲੱਗ ਪੈਂਦੇ। ਪਰ ਸਤਿਗੁਰੂ ਕਹਿੰਦੇ ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੇ ਚੱਲੇ ਭਾਈ ਵਿਛੜ ਝੂਟਾ ਖਾਵੇ। ਸਿੱਖ ਹੀ ਉਹ ਹੈ, ਸਖਾ ਹੀ ਉਹ ਹੈ, ਰਿਸ਼ਤੇਦਾਰ ਸੰਬੰਧੀ ਉਹ ਹੈ। ਇਹ ਸਾਰੇ ਲਫ਼ਜ਼ ਜਿਹੜੇ ਹਨ ਗੁਰੂ ਦੀਆਂ ਸਿੱਖਿਆ ਦੇ ਮੰਨਣ ਵਾਲਿਆਂ ਲਈ ਇਸਤੇਮਾਲ ਕੀਤੇ ਗਏ ਹਨ। ਪਰਿਵਾਰ ਲਫ਼ਜ਼, ਸਿੱਖ ਲਫ਼ਜ਼, ਇਹ ਸਾਰੇ ਲਫ਼ਜ਼ ਜਿਹੜੇ ਹਨ ਉਹਨਾਂ ਲਈ ਵਰਤੇ ਗਏ ਹਨ। ਤੇ ਗੁਰੂ ਸਾਹਿਬ ਤਾਂ ਉੱਥੇ ਇਹੋ ਹੀ ਗੱਲ ਸਮਝਾਉਂਦੇ ਨੇ ਵੀ ਸਿੱਖ ਉਹ ਹੈ, ਸਖਾ ਉਹ ਹੈ, ਬੰਧਵ ਉਹ ਹੈ ਜਿਹੜਾ ਗੁਰੂ ਦੀ ਹੁਕਮ ਰਜਾਈ ਜਾਂ ਗੁਰੂ ਦਾ ਹੋ ਕੇ ਚੱਲਣਾ ਸਿੱਖ ਲੈਂਦਾ ਹੈ। ਪਰ ਜਿਹੜੇ ਆਪਣੀ ਮਰਜ਼ੀ ਦੇ ਨਾਲ ਜ਼ਿੰਦਗੀ ਜਿਉਂਦੇ ਹਨ ਉਹ ਫਿਰ ਸਪੁੱਤਰ ਨਹੀਂ ਬਣ ਸਕਦੇ। ਭਾਵ ਸਿੱਖ ਤਾਂ ਹਨ, ਗੁਰੂ ਦੇ ਸਿੱਖਾਂ ਦੇ ਘਰ 'ਚ ਜਨਮ ਲੈ ਕੇ ਗਏ ਲੋਕ ਆਪਣੇ ਆਪ ਨੂੰ ਸਿੱਖ ਪਾਉਂਦੇ ਹਨ, ਪਰ ਜਦ ਤੱਕ ਗੁਰੂ ਦੀ ਸਿੱਖਿਆ ਨਹੀਂ ਲਈ ਉਦੋਂ ਤੱਕ ਇਹ ਗੁਰੂ ਦੇ ਘਰ ਵਿੱਚ ਜਨਮ ਨਹੀਂ ਲੈਂਦੇ, ਜਦ ਤੱਕ ਉਦੋਂ ਤੱਕ ਇਹਨਾਂ ਦੇ ਜੀਵਨ ਦੀ ਘਾੜਤ ਨਹੀਂ ਘੜੀ ਜਾਣੀ। ਤਾਂ ਸਤਿਗੁਰੂ ਜੀ ਦੀਆਂ ਸਿੱਖਿਆਵਾਂ, ਸਤਿਗੁਰੂ ਜੀ ਦੀਆਂ ਸਾਖੀਆਂ ਜਾਂ ਸਿੱਖ ਇਤਿਹਾਸ ਦੇ ਵਿੱਚ ਬਜ਼ੁਰਗਾਂ ਵੱਲੋਂ ਪਾਏ ਹੋਏ ਪੂਰਨੇ ਜਿਹਨਾਂ ਨੂੰ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਸੁਣ ਕੇ ਸਾਡਾ ਗੁਰੂ ਦਾ ਪਿਆਰ ਪੈਦਾ ਹੁੰਦਾ, ਮੁਹੱਬਤ ਬਣਦੀ ਹੈ ਗੁਰੂ ਦੇ ਨਾਲ। ਤੇ ਜਦੋਂ ਗੁਰੂ ਨਾਲ ਮੁਹੱਬਤ ਬਣਦੀ ਹੈ ਫਿਰ ਜੀਵਨ ਘੜਨਾ ਸ਼ੁਰੂ ਹੋ ਜਾਂਦਾ ਹੈ, ਫਿਰ ਪੁੱਤਰਾਂ ਨੂੰ ਸਪੁੱਤਰ ਦਾ ਭਾਵ ਸ੍ਰੇਸ਼ਟ ਸਿੱਖ ਬਣਾ ਦਿੰਦੀਆਂ ਹਨ। ਜਿਹੜੇ ਇਨਸਾਨ, ਜਿਹੜੇ ਗੁਰੂ ਕੇ ਪਿਆਰੇ, ਜਿਹੜੇ ਗੁਰੂ ਕੇ ਸਿੱਖ, ਇਹ ਬਾਣੀਆਂ ਨੂੰ, ਗੁਰੂ ਬਾਬੇ ਦੀਆਂ ਕਹਾਣੀਆਂ ਨੂੰ, ਸਾਖੀਆਂ ਨੂੰ, ਸਿੱਖਿਆਵਾਂ ਨੂੰ ਪੜ੍ਹਦੇ ਹਨ, ਆਪਣੇ ਜੀਵਨ ਵਿੱਚ ਲੈ ਵਸਾ ਲੈਂਦੇ ਹਨ, ਗੁਰੂ ਦੀਆਂ ਸਾਖੀਆਂ ਦੀ ਫਿਰ ਬਰਕਤ ਨਾਲ ਉਹ ਗੁਰਮੁਖ ਬਣ ਜਾਂਦੇ ਹਨ, ਉਹ ਸਪੁੱਤਰ ਬਣ ਜਾਂਦੇ ਹਨ, ਭਾਵ ਗੁਰੂ ਦੇ ਨੇੜੇ ਹੋ ਜਾਂਦੇ ਹਨ। ਗੁਰੂ ਦੀ ਹਰ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ, ਉਹਨਾਂ ਗੱਲਾਂ ਦੇ ਉੱਤੇ ਆਪਣਾ ਵਿਸ਼ਵਾਸ ਲਿਆਉਂਦੇ ਹਨ, ਉਹ ਕੰਮ ਕਰਦੇ ਹਨ ਜਿਹੜੇ ਸਤਿਗੁਰੂ ਨੂੰ ਚੰਗੇ ਲੱਗਦੇ ਹਨ। ਜੋ ਸਤਿਗੁਰੂ ਨੂੰ ਚੰਗੇ ਨਹੀਂ ਲੱਗਦੇ ਉਹਨਾਂ ਦੇ ਗੱਲਾਂ ਦੇ ਵਿੱਚ ਆਪਣਾ ਵਿਸ਼ਵਾਸ ਨਹੀਂ ਲਿਆਉਂਦੇ, ਨਾ ਹੀ ਉਹਨਾਂ ਗੱਲਾਂ ਵਿੱਚ ਆਪਣਾ ਜਿਹੜਾ ਹੈ ਉਹ ਵਿਸ਼ਵਾਸ ਪੈਦਾ ਕਰਦੇ ਹਨ। ਇੱਕ ਹੋਰ ਸ਼ਬਦ ਬੜਾ ਪਿਆਰਾ ਆਉਂਦਾ ਹੈ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਗੌੜੀ ਵਾਰੀ ਸਿਰਲੇਖ ਦੇ ਹੇਠ, ਉਹਦੇ 'ਚ ਵੀ ਇੱਕ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਅਸੀਂ ਜਿਵੇਂ ਜਿਵੇਂ ਬੈਠ ਕੇ ਮਿਲ ਕੇ ਗੁਰੂ ਦੀ ਸਿੱਖਿਆ 'ਤੇ ਚੱਲਦੇ ਹਾਂ, ਗੁਰੂ ਦੇ ਗੁਣਾਂ ਨੂੰ ਗਾਉਂਦੇ ਹਾਂ, ਮਿਲ ਕੇ ਇੱਕ ਦੂਜੇ ਦੇ ਨਾਲ ਵਿਚਾਰਾਂ ਕਰਦੇ ਹਾਂ, ਤਿਵੇਂ ਤਿਵੇਂ ਹੀ ਸਾਡੇ ਅੰਦਰ ਪਰਮਾਤਮਾ ਦਾ ਪਿਆਰ ਤੇ ਨਾਮ ਵਸਦਾ ਜਾਂਦਾ ਹੈ, ਤੇ ਅਸੀਂ ਫਿਰ ਧਨਵਾਨ ਬਣ ਜਾਂਦੇ ਹਾਂ, ਅਮੀਰ ਹੋ ਜਾਂਦੇ ਹਾਂ, ਸਪੁੱਤਰਾਂ ਤੋਂ ਸਪੁੱਤਰ ਬਣ ਜਾਂਦੇ ਹਾਂ। ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਅੰਮ ਧਨਵੰਤ ਭਾਕਟ ਸੱਚ ਨਾਏ ਦਾ, ਉਹ ਸਾਰੇ ਸ਼ਬਦ ਵਿੱਚ ਉਹੀ ਗੱਲ ਕੀਤੀ ਗਈ ਹੈ, ਜਿੱਥੇ ਖਾਵੇ ਖਰਚੇ ਰਲ ਮਿਲ ਭਾਈ ਦੀ ਗੱਲ ਸੜੀ ਸਾਰਾ ਸਮਝਾਈ ਗਈ ਹੈ, ਕਿਉਂ ਦਾਦੇ ਕਾ ਖੋਲ ਡਿੱਠਾ ਖਜ਼ਾਨੇ ਦੀ ਗੱਲ ਉੱਥੇ ਸਮਝਾਈ ਗਈ ਹੈ। ਤੋ ਇਹ ਇੱਕ ਐਸਾ ਖਜ਼ਾਨਾ ਗੁਰੂ ਦਾ ਹੈ, ਐਸੀਆਂ ਸਿੱਖਿਆਵਾਂ ਗੁਰੂ ਦੀਆਂ ਹਨ, ਜਿਹੜਾ ਵੀ ਇਸ ਨੂੰ ਆਪਣੇ ਜੀਵਨ ਵਿੱਚ ਵਸਾ ਲੈਂਦਾ ਹੈ, ਢਾਲ ਲੈਂਦਾ ਹੈ, ਅਸਲ ਵਿੱਚ ਉਹਦੇ ਜੀਵਨ ਦੀ ਘਾੜਤ ਘੜੀ ਜਾਂਦੀ ਹੈ। ਉਹਨੂੰ ਸਪੁੱਤਰ ਲਫ਼ਜ਼ ਵਰਤਿਆ ਜਾਂਦਾ ਹੈ, ਇੱਕ ਕਪੁੱਤਰ ਲਫ਼ਜ਼ ਹੁੰਦਾ ਹੈ ਜਿਹੜਾ ਕਹਿੜੇ ਵਿੱਚ ਨਹੀਂ ਆਉਂਦਾ, ਸਪੁੱਤਰ ਉਹ ਹੁੰਦਾ ਹੈ ਜਿਹੜਾ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਮਰਪਣ ਕਰ ਦੇਵੇ। ਇੱਥੇ ਜਿਹੜਾ ਸਿੱਖ ਜਾਂ ਲਫ਼ਜ਼ ਪੁੱਤ, ਸਪੁੱਤ ਦਾ ਮਤਲਬ ਉਸ ਸਿੱਖਾਂ ਦੇ ਲਈ ਹਨ ਜਿਹੜੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਆਪਣੇ ਜੀਵਨ ਨੂੰ ਗੁਰੂ ਦੀ ਸਿੱਖਿਆ ਅਨੁਸਾਰੀ ਕਰ ਲੈਂਦੇ ਹਨ, ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹ ਗੁਰੂ ਦੇ ਘਰ ਤੇ ਮਾਨ ਪ੍ਰਾਪਤ ਕਰਦੇ ਹਨ, ਚੰਗੇ ਪੁੱਤਰ ਚੰਗੇ ਸਿੱਖ ਬਣ ਜਾਂਦੇ ਹੈ, ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਜਿਵੇਂ
ਭਾਈ ਲਹਿਣਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਇਆ। ਜਦੋਂ ਉਸ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕੀਤੀ ਸੀ, ਲਹਿਣਿਆ ਸਾਰੇ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ, ਤੇ ਕਿਆ ਜੀਵਨ ਘੜਿਆ ਗਿਆ ਸੀ ਭਾਈ ਲਹਿਣੇ ਦਾ। ਜਵਾਬ ਬੜਾ ਖੂਬਸੂਰਤ ਸੀ, ਕਹਿਣ ਲੱਗਾ ਪਾਤਸ਼ਾਹ ਉਹਨਾਂ ਦਾ ਕੋਈ ਹੋਰ ਟਿਕਾਣਾ ਹੋਏਗਾ, ਉਹ ਚਲੇ ਗਏ, ਮੇਰਾ ਤਾਂ ਹੋਰ ਕੋਈ ਟਿਕਾਣਾ ਹੀ ਨਹੀਂ, ਮੈਂ ਦੱਸ ਕਿੱਥੇ ਜਾਵਾਂ। ਅੱਗੋਂ ਗੁਰੂ ਬਾਬੇ ਨੇ ਕਹਿਤਾ, ਲਹਿਣਿਆ ਟਿਕਾਣਾ ਤੈਨੂੰ ਨਹੀਂ, ਟਿਕਾਣਾ ਤਾਂ ਮੈਨੂੰ ਚਾਹੀਦਾ ਸੀ ਜਿੱਥੇ ਗੁਰੂ ਨਾਨਕ ਦੀ ਜੋਤ ਟਿਕਾਈ ਜਾ ਸਕਦੀ। ਇਹ ਹੈ ਸਪੁੱਤਰ ਬਣਨ ਦੀ ਗੱਲ, ਇਹ ਹੈ ਬਾਣੀਆਂ ਕਹਾਣੀਆਂ ਨੂੰ ਆਪਣੇ ਜ਼ਿੰਦਗੀ ਦਾ ਆਧਾਰ ਬਣਾਉਣ ਦੀ ਗੱਲ, ਇਹ ਗੁਰੂ ਦੀ ਸਿੱਖਿਆਵਾਂ ਨੂੰ ਆਪਣੇ ਅੰਦਰ ਵਸਾਉਣ ਦੀ ਗੱਲ। ਜਦੋਂ ਗੁਰੂ ਦੀ ਸਿੱਖਿਆ ਅੰਦਰ ਵਸ ਜਾਂਦੀ ਹੈ, ਜੀਵਨ ਘੜਿਆ ਜਾਂਦਾ ਹੈ, ਤੇ ਘੜਿਆ ਹੋਇਆ ਹੀ ਪ੍ਰਵਾਨ ਹੈ, ਅਣਘੜੀ ਹੋਈ ਵਸਤੂ ਪ੍ਰਵਾਨ ਹੁੰਦੀ ਨਹੀਂ। ਇਹੋ ਹੀ ਗੱਲ ਹੈ ਜਿਹੜੀ ਸਤਿਗੁਰੂ ਜੀ ਨੇ ਸਾਨੂੰ ਜਪ ਦੀ ਬਾਣੀ ਵਿੱਚ ਸਮਝਾਈ ਸੀ, ਜਤ ਪਹਾਰਾਂ ਧੀਰ ਸੁਨਿਆਰ ਆਹਰਨ ਮਤ ਵੇਦ ਹਥਿਆਰ ਭਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ। ਨਦਰੀ ਨਿਹਾਲ ਦਾ ਵਾਰਸ ਉਹ ਬੰਦਾ ਜਿਹੜਾ ਆਪਣੇ ਜੀਵਨ ਨੂੰ ਘੜਦਾ ਹੈ। ਤੇ ਗੁਰੂ ਦੀਆਂ ਸਿੱਖਿਆਵਾਂ, ਸਤਿਗੁਰੂ ਦੀਆਂ ਬਾਣੀਆਂ ਕਹਾਣੀਆਂ, ਜਿਹੜੀਆਂ ਬਾਬਿਆਂ ਦੀਆਂ ਕਹਾਣੀਆਂ, ਗੁਰੂ ਦੀਆਂ, ਗੁਰੂ ਦੇ ਪਿਆਰੇ ਸਿੱਖਾਂ ਦੀਆਂ ਜੀਵਨੀਆਂ, ਇਹ ਸਾਡੇ ਜੀਵਨ ਨੂੰ ਘੜਦੀਆਂ ਹਨ ਤੇ ਅਸੀਂ ਸਿੱਖ ਤੋਂ ਪਿਆਰੇ ਸਿੱਖ ਬਣ ਜਾਂਦੇ ਹਾਂ, ਗੁਰੂ ਦੀ ਨਜ਼ਰਾਂ ਤੇ ਪ੍ਰਵਾਨ ਹੋ ਜਾਂਦੇ। ਇੰਨੇ ਬਚਨ ਪ੍ਰਵਾਨ ਕਰਨੇ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਇਹ ਜੋ ਸਵਾਲ ਹੈ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਹੈ, ਬੜੇ ਸੁੰਦਰ ਤਰੀਕੇ ਨਾਲ ਦੱਸਿਆ। ਸਾਡੇ ਮਨ 'ਚ ਚਾਅ ਹੋਣਾ ਚਾਹੀਦਾ ਕਿ ਅਸੀਂ ਸਾਰੇ ਸਪੁੱਤ ਬਣੀਏ। ਜਿਸ ਵੇਲੇ ਆਪਾਂ ਸਾਰੇ ਸਪੁੱਤ ਬਣਾਂਗੇ ਤਾਂ ਇਹ ਜਿਹੜੀ ਸਿੱਖ ਪੰਥ ਦੀ ਫੁਲਵਾੜੀ ਹੈ ਇਹ ਹੋਰ ਵੱਡੀ ਖਿੜੇਗੀ।